ਅਸਲਾਮੁਅਲੈਕਮ ਜੀ, ਕਿੱਦਾਂ ਸਾਰੇ ਵੀਰ ਭੈਣ ਭਰਾ ਤੇ ਮਿੱਤਰ ਬੇਲੀ? ਉਮੀਦ ਕਰਾਂਗਾ ਸਾਰੇ ਵੀਰ ਭੈਣ ਭਰਾ ਤੇ ਮਿੱਤਰ ਬੇਲੀ ਠੀਕ ਠਾਕ ਫਿਟ ਫਾਟ ਤੇ ਐਂਡ ਦੇ ਸਾਰੇ ਮਿੱਤਰਾਂ ਦਾ ਵੈਲਕਮ ਜੀ ਆਪਣੇ ਚੈਨਲ ਮੂਸੇ ਵਾਲਾ ਡੀਐਕਸ ਦੇ ਉੱਤੇ। ਤੇ ਬਈ ਅੱਜ ਗਾਣਾ ਲੈ ਕੇ ਆਇਆ, ਕਰੋਗੇ ਤਾਂ ਮੈਂ ਦੱਸਾਂ। ਦੱਸ ਦਿਓ ਦੱਸੋ, ਫਿਰ ਵੀ ਤੂੰ ਗਾਣਾ ਛੱਡ ਦਾ ਨਾਂ ਦੱਸ। ਅੱਛਾ ਅੱਛਾ ਬਈ, ਗਾਣਾ ਹੈ ਬਈ ਸਿੱਧੂ ਮੂਸੇ ਵਾਲੇ ਦਾ, ਨੈਵਰ ਫੋਲਡ ਨੋ ਨੇਮ ਏਪੀ ਜਿਹੜੀ ਹੈ ਬਾਈ ਦੀ, ਜਿਹੜੀ ਬਾਈ ਨੇ ਰਾਤੋਂ ਰਾਤ ਛੱਡੀ ਸੀ ਤੇ ਜਿਹੜਾ ਉਹਨੂੰ ਦੱਸਿਆ ਵੀ ਸੀ, ਮਤਲਬ ਆਥਰੇ ਏਪੀ ਛੱਡੀ ਸੀ, ਤਰਕੇ ਸੀ ਬਿਲਬੋਰਡ ਪੂਰੇ। ਇਹ ਉਹ ਏਪੀ ਹੈ ਬਾਈ ਤੇ ਉਸ ਏਪੀ ਦਾ ਗਾਣਾ ਹੈ ਪਹਿਲਾ ਅੱਜ ਚੁੱਕਣ ਲੱਗਿਆ, ਨੈਵਰ ਫੋਲਡ। ਨੈਵਰ ਫੋਲਡ ਦਾ ਕੀ ਮਤਲਬ ਹੈ ਬਾਈ ਜੀ, ਤੁਹਾਨੂੰ ਦੱਸਾਂਗੇ ਨਾਲੇ ਕਰਾਂਗੇ ਹੈਲੋ ਆਏ। ਹਾਂ, ਮੈਂ ਦੁਹਰਾ ਨਹੀਂ ਹੋਣ ਵਾਲਾ ਹੈ ਬੰਦਾ ਇਹ ਨੈਵਰ ਫੋਲਡ ਦਾ ਮਤਲਬ। ਬਾਕੀ ਦੂਜੀ ਗੱਲ ਇਹ ਕਿ ਜਿਸ ਬਾਈ ਨੇ ਕਮੈਂਟ ਕੀਤਾ ਸੀ ਤਾਂ ਕਮੈਂਟ ਵੀ ਨਾਲ ਸਕਰੀਨ ਤੇ ਸ਼ੋਅ ਕਰਵਾ ਦਿੰਦੇ ਹਾਂ। ਉਹਨੇ ਕਿਹਾ ਸੀ ਬਾਈ ਨੋ ਨੇਮ ਫੁੱਲ ਏਪੀ ਦੇ ਉੱਤੇ ਤੁਸੀਂ ਰਿਐਕਸ਼ਨ ਦਿਓ ਤੇ ਅੱਜ ਉਹਦਾ ਪਹਿਲਾ ਗਾਣਾ ਲੈ ਆਇਆ ਤੇ ਹਾਂ ਆਹਿਸਤਾ ਆਹਿਸਤਾ ਬਾਈ ਸਾਰੀ ਤੁਹਾਡੀ ਪੰਜਾਂ ਦਿਨਾਂ ਦੀ ਇਨਸ਼ਾਅੱਲਾ ਕੰਪਲੀਟ ਕਰ ਦਿਆਂਗਾ ਤੁਹਾਡਾ, ਕੰਪਲੀਟ ਹੋ ਜਾਏਗਾ ਤੁਹਾਡੀ ਏਪੀ ਵੀ। ਤੇ ਹੁਣ ਮਤਲਬ ਇਹ ਵੇ ਨਾ ਕਿ ਵੇਖੋਗੇ ਇੱਕ ਬੰਦੇ ਨੇ ਰਿਕੁਐਸਟ ਪਾਈ ਤੇ ਉਹਨੇ ਰਿਕੁਐਸਟ ਪੂਰੀ ਕਰਦਿਆਂ 5 ਦਿਨ ਲੱਗਣੇ, ਦੂਜੇ ਬੰਦੇ ਕਾਲੇ ਨਾ ਪਿਓ ਯਾਰ, ਤੁਹਾਡੀ ਮਿਹਰਬਾਨੀ ਹੈ ਕਿਉਂਕਿ ਹਰ ਬੰਦੇ ਤੁਸੀਂ ਕਮੈਂਟ ਕਰਿਆ ਕਰੋ, ਤੁਹਾਨੂੰ ਜਿਸ ਲਾਜ਼ਮੀ ਆਏਗਾ ਜਿੱਦਾਂ ਆਏਗਾ ਤੁਹਾਨੂੰ ਪਤਾ ਲੱਗ ਜਾਏਗਾ, 1-2 ਦਿਨ ਲੱਗ ਸਕਦਾ ਉੱਚ, ਲੇਕਿਨ ਤੁਹਾਡਾ ਰਿਐਕਸ਼ਨ ਆਇਆ ਕਰੇਗਾ। ਕਮੈਂਟ ਕਰ ਦਿਓ ਹੁਣੇ ਤੋਂ ਆਪਣੀ ਫੇਵਰਟ ਗਾਣਾ ਜਿੱਥੇ ਤੁਸੀਂ ਰਿਐਕਸ਼ਨ ਦੇਖਣਾ ਚਾਹੁੰਦੇ ਹੋ ਮੂਸੇ ਵਾਲੇ ਨਾਲੇ। ਮਿੱਤਰੋ, ਮੂਸੇ ਵਾਲੇ ਦੇ ਰਿਐਕਸ਼ਨ ਦੇ ਉੱਤੇ ਨਾ ਕੋ ਖੁਰਾਕ ਹੁੰਦੀ ਪਈ ਇਹ ਬੰਦਿਆਂ ਨੂੰ ਤੇ ਜਾਂ ਕਮੈਂਟਾਂ 'ਚ ਬੜੀ ਠੰਡੀ ਕਰਦਾ ਹੁੰਦਾ। ਹਾਂ, ਕਮੈਂਟ ਕਮੈਂਟ ਚੈੱਕ ਕਰਿਆ ਕਰੋ, ਕੁਝ ਲੋਕ ਨੇ ਜਿਹੜੇ ਹਲੇ ਵੀ ਉਹਦੇ ਖਿਲਾਫ ਨੇ, ਉਹਨਾਂ ਨੂੰ ਕਹਿੰਦੇ ਬਾਈ ਸਮਝ ਜੋ ਅਸੀਂ ਵੀ ਸੀ। ਵੇਖਿਓ ਸਹੀ ਕਮੈਂਟ, ਮਤਲਬ ਪਿਛਲੀ ਵੀਡੀਓ ਜਿੱਥੇ ਜਾ ਕੇ ਉਹਨਾਂ ਦੇ ਕਮੈਂਟ ਪੜਿਓ, ਲਾਜ਼ਮੀ ਵੇਖਿਓ ਕਿ ਵਾਕਈ ਬਈ ਜਾਕੂ ਜਿਹੜਾ ਸੱਚਾ ਲੜਦਾ ਕਿ ਝੂਠਾ ਲੜਦਾ, ਕਿਉਂਕਿ ਤੁਹਾਡੇ ਸਾਥ ਦੀ ਉੱਥੇ ਵੀ ਬਹੁਤ ਜ਼ਰੂਰਤ ਹੈ। ਜਿਵੇਂ ਇੱਥੇ ਸਾਥ ਦੇ ਰਹੇ ਉੱਥੇ ਵੀ ਤੁਸੀਂ ਦੇਣਾ, ਤੇ ਮੈਂ ਸਿਰ ਡਾਕ ਰੱਖਣਾ ਨਹੀਂ ਤੇ ਕੱਲਾ ਕਿਸੇ ਕੰਮ ਜੋਗਾ ਨਹੀਂ। ਤੇ ਚੈਨਲ ਹੋਣੇ ਤੇ ਸਬਸਕ੍ਰਾਈਬ ਕਰ ਲਓ, ਕਰਦੇ ਹਾਂ ਗਣਾ ਸ਼ੁਰੂ, ਲੈਟ ਗੈਟ ਚੈਟ ਤੇ ਸ਼ੈਟ। ਉਸ ਤੋਂ ਪਹਿਲਾਂ ਲਾਈਕ ਵੀ ਕਰ ਦਿਓ ਵੀਡੀਓ ਨੂੰ। ਨੈਵਰ ਫੋਲਡ ਸਿੱਧੂ ਮੂਸੇ ਵਾਲਾ ਫਿਰ ਡਿਸਣੀ ਮਾਲਕਾ ਯਾ ਅੰਗਰੇਜ਼ੀ ਆਉਂਦੀ ਆ, ਮਜ਼ਾ ਹੀ ਆਉਂਦਾ ਜੀ। ਨੈਵਰ ਫੋਲਡ ਵੀ ਬੈਕ, ਹਮ ਆ ਗਏ। ਹਾਂ, ਉਹ ਬਾਈ ਅੱਜ ਤੈਨੂੰ ਪਹਿਲਾਂ ਹੀ ਨਹੀਂ ਸੀ ਪਤਾ, ਵੈਸੇ ਤਾਂ ਸੈਨੀ ਮੋਲਟਨ ਦਾ ਡਾਇਲੋਗ ਪਤਾ ਕੀ ਹੈ, ਤੈਨੂੰ ਪਤਾ ਹੀ ਆ, ਹੈ ਹੀ ਹੈ ਨਾ। ਰੇਂਜ ਘੋੜੇ ਪਿੱਛਾ ਨਹੀਂ ਕਰਦੀ ਨਾਰਾਂ ਦਾ, ਹਾਏ ਹਾਏ ਯੂਨੇ ਸੁਚਿਆਂ ਦੇ ਸਾਡੇ ਮਿਰਜੇ ਰਾਜੇ ਜਾਂਦੇ ਨਹੀਂ ਯਾਰ, ਨੈਵਰ ਫੋਲਡ ਹੈ ਸਾਡੇ ਲਾਣੇ ਜਿਉਣੇ ਸੁਚਿਆਂ ਦੇ ਸਾਡੇ ਮਿਰਜੇ ਰਾਜੇ ਜਾਂਦੇ, ਇਹੋ ਜਿਹਾ ਰਾਈਟਰ ਕੌਣ ਲੱਭ ਕੇ ਲਿਆਉ ਦੁਬਾਰਾ। ਵਾਹ ਜੀ ਵਾਹ, ਅੱਗੇ ਦੇਖਣੇ ਯਾਰ। ਬਾਈ ਮੈਗਨਮ ਨਾਲ ਖੇਡਦਾ ਸੀ ਨਾ, ਬਾਈ ਨੇ ਮੈਗਨਮ ਹੱਥ ਫੜਿਆ ਹੋਇਆ, ਸਾਰਾ ਦਾ ਸੀ ਤੇ ਪਹਿਲਾ ਬੱਚਾ ਵੀ ਗਿਆ। ਹਾਂਜੀ, ਜੇਬਾਂ ਦੱਸਦੀਆਂ ਨੇ, ਦੂਜਾ ਜਿਹੜਾ ਸਾਡੀਆਂ ਡੱਬਾਂ ਦੱਸਦੀਆਂ, ਕੌਣ ਆ, ਕਿੱਥੋਂ ਬਿਲੋਂਗ ਕਰਦੇ ਆ, ਜਿਵੇਂ ਬਾਈ ਨੇ ਦੱਸਿਆ ਸੀ ਨਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ। ਜਿਉਣੇ ਸੁੱਚੀਆਂ ਦੇ ਸਾਡੇ ਮਿਰਜਰਾਂ ਦੇ ਜੰਮਦੇ ਨਹੀਂ, ਐ ਇੱਕ ਬੱਚੀ ਨੂੰ ਦੱਸਿਆ ਜਾ ਰਿਹਾ ਕਿ ਇੱਧਰ ਨਾ, ਹਾਂ ਇੱਥੇ ਮਿਰਜਰਾਂ ਦੇ ਨਹੀਂ, ਇੱਥੇ ਮੈਗਨ ਮਨਾ ਖੇਡਦੇ ਨੇ। ਯਕੀਨ ਮੰਨੋ ਮੈਨੂੰ ਸਿਰਫ ਮਜ਼ਾ ਹੀ ਆਉਂਦਾ, ਸਮਝ ਨਹੀਂ ਆਉਂਦਾ ਹੀ ਹੈ ਇਹਨੂੰ, ਥੋੜ੍ਹੀ ਥੋੜ੍ਹੀ ਆਉਂਦੀ ਜੇ। ਮੈਂ ਬੜਾ ਇੰਗਲਿਸ਼ ਗੱਲ ਕੰਨ ਲਾ ਕੇ ਸੁਣਨਾ ਤੇ ਮੈਨੂੰ ਪੂਰੀ ਸਮਝ ਆਉਂਦੀ, ਲੇਕਿਨ ਜੋ ਵੀ ਹੈ ਨਾ
गाने नूं लिरिक्स दे नाल सैट करना ही बड़ी गल हुंदी है और वह सनी वर्ल्ड नूं पूरी कमी करता रहा यार। मूसे वाले दे गाने दे विच अगर देखो ना, मूसे वाले दा सारा करियर चुक के देख लो, जितनी बिग बर्ड ते सनी मोल्टन दे नाल इहदे गाणे नूं ज्यादा लाइक किया गया ना पब्लिक च, उन्हां किसी होर दे नाल नहीं। हालांकि हाँ नसीब ते उस तो बाद प्रेम ढिल्लों ओहदा इक अद्धा गाना है जिहड़ा ज्यादा सुने गया सी, लेकिन भाई बंबीहा गोले गाना नहीं सुनिया तुसां अमृत मान दा, लेकिन सब तो ज्यादा जिहड़ा ना खिच वाले गाने जिहड़े सन मस्ती उहनां दे नाल ही आया मेरा बिग बर्ड ने सनी मोल्टन नाल आया ना। अगे देखो यार मतलब बाई की डेथ होने तो कितनी देर पहले ईपी आई सी मैनू कन्फर्म नहीं, 2022 बाकी उन्हें दसिया सी मतलब के साडे जिहड़े ने ना उमरां जिहड़ियां ने साडियां मतलब जवानी च मतलब साडा जिहड़ा अंत ते एंड साडा जदों भी अंत ते एंड होया मतलब भरी जवानी च होया उस तों पहलों ने ते वाकई गल सच्ची कर गया बई, पर काश समझण वाला कोई उदों समझ जांदे इस गल नूं। हाय हाय जिहने सुच्चियां दे साडे में यार जमदे रहो आ बंदा इथों पागल कर दिंदा बंदे नूं अजे दे बहुत घेंट गाने आ, बहुत ही घेंट राइटिंग आ, और जिहड़ियां उह गल्लां लिख गया है ना उह कोई नहीं लिखण लगा उत्थों तक कोई नहीं पहुंचदा, जिहड़ी अपनी जगह बना गया है बाकी चार गाने ने इस तो बाद इंशाल्लाह भी लाजमी तुसी दसो तुसी केड़ी वीडियो दे उत्ते रिएक्ट देखना चाहुंदे हो, इंशाल्लाह आएगा।